ਮਤਲਬ ਆਮ ਤੌਰ ਤੇ ਇੱਕ ਸਿਗਨਲ ਦੇ ਉੱਤੇ ਖੜੇ ਕਿਸੇ ਆਪਾਂ ਕਹਿ ਦਿੰਦੇ ਆ ਕਿ ਕੋਈ ਮਾਨਸਿਕ ਤੌਰ ਤੇ ਬਿਮਾਰ ਖੜਾ ਤਾਂ ਇਹ ਲੱਗਦਾ ਕਿ ਇਹਨਾਂ ਦੇ ਟੱਬਰ ਦੇ ਵਿੱਚ ਕੋਈ ਨਹੀਂ ਸੀਗਾ ਜਾਂ ਪਰਿਵਾਰ ਕੋਈ ਗਰੀਬੀ ਦੇਖ ਰਿਆ ਹੋਏਗਾ ਇਸ ਕਰਕੇ ਫੁੱਟਪਾਥ ਦੇ ਉੱਤੇ ਪਹੁੰਚ ਗਿਆ ਇਹਨਾਂ 700 ਲੋਕਾਂ ਦੇ ਵਿੱਚ ਮੈਜੋਰਟੀ ਕਿਹਨਾਂ ਦੀ ਹੈ ਰੱਜੇ ਪੁੱਜਿਆਂ ਦੀ ਹੈ ਜਾਂ ਫਿਰ ਤਾਂ ਲੱਗਦਾ ਕਿ ਬਹੁਤੇ ਅਜਿਹੇ ਗਰੀਬੜੇ ਆ ਜਿਹੜੇ ਨਹੀਂ ਕੁਝ ਕਰ ਸਕਦੇ ਦੇਖੋ ਜੀ ਮੈਂ ਤੁਹਾਨੂੰ ਦੱਸਾਂ ਜੀ ਇੱਕ ਗੱਲ ਜਿਹੜੇ ਗਰੀਬ ਆ ਨਾ ਉਹ ਬੰਦਾ ਫੇਰ ਵੀ ਉਹਨਾਂ 'ਚ ਦਇਆ ਹੈਗੀ ਹੈ ਹਜੇ ਇੱਕ ਦੂਜੇ ਦੀ ਬਾਹ ਫੜਦਾ ਆ ਜਿਹੜੇ ਅਮੀਰ ਘਰਾਂ ਦੇ ਵਿੱਚ ਚੰਗੀਆਂ ਜ਼ਮੀਨਾਂ ਵਾਲੇ ਚੰਗੀਆਂ ਨੌਕਰੀਆਂ ਵਾਲੇ ਚੰਗੇ ਚੰਗੀਆਂ ਪੋਸਟ ਵਾਲੇ ਜਿਨ੍ਹਾਂ ਦੀ 70 70000 ਪੈਨਸ਼ਨ ਆ ਵੱਡੀਆਂ ਫਲੈਟਾਂ 'ਚ ਰਹਿੰਦੇ ਨੇ ਕੋਠੀਆਂ 'ਚ ਰਹਿੰਦੇ ਨੇ ਉਹਨਾਂ ਦੇ ਸਮਾਜ ਨਾਲੋਂ ਜਮੇ ਜੜਾ ਟੁੱਟ ਗਏ ਆ ਬਾਈ ਹੁਣ ਇੱਕ ਬੰਦਾ ਜੌਬ ਕਰਦਾ ਉਹਦੇ ਆਪਣੇ ਭੈਣਾ ਭਰਾਵਾਂ ਨਾਲ ਲਿੰਕ ਹੀ ਹੈ ਨਹੀਂ ਉਹਨੇ ਆਪਣੇ ਬੱਚੇ ਪਾਲੇ ਪੜਾ ਕੇ ਬਾਹਰ ਭੇਜਤੇ ਉਹ ਕੱਲਾ ਰਹਿ ਗਿਆ ਉਹਦੇ ਮਗਰ ਹੀ ਨਹੀਂ ਕੋਈ ਆ ਰਿਹਾ ਜਿਹੜਾ ਗਰੀਬ ਆ ਨਾ ਬੰਦਾ ਉਹ ਖੀਰ ਤੱਕ ਇੱਕ ਦੂਜੇ ਦੀ ਮਾਂ ਫੜਦਾ ਹਜੇ ਵੀ ਕਿਉਂਕਿ ਉਹਨੂੰ ਲੋਡ ਪੈਂਦੀ ਆ ਦੂਜੇ ਤੋਂ ਦੂਜੇ ਦੀ ਜਿਹਨੂੰ ਲੋਡ ਮਹਿਸੂਸ ਹੋਣੋਂ हट ਜਾਂਦੀ ਆ ਮਸਲਾ ਤਾਂ ਉਹਦਾ ਉਹ ਲੱਖਾਂ 'ਚ ਵੀ ਇਕੱਲਾ ਰਹਿ ਜਾਂਦਾ ਸਾਡੇ ਕੋਲੇ ਬਹੁਤ ਸਾਰੇ ਏਦਾਂ ਦੇ ਮੈਂਬਰ ਨੇ ਜਿਹੜੇ ਚੰਗੇ ਚੰਗੇ ਘਰਾਂ ਤੋਂ ਸੀਗੇ ਪਰ ਉਹ ਐਸੇ ਹਾਲਾਤਾਂ 'ਚ ਸੀਗੇ ਨਰਕ ਤੋਂ ਵੀ ਬਾਹਰ ਸੜਕਾਂ 'ਤੇ ਪਏ ਸੀ ਸਾਡੇ ਕੋਲੇ ਐਸੇ ਬੰਦੇ ਵੀ ਨਹੀਂ ਆ ਸਾਡੇ ਹੁਣ ਲੁਧਿਆਣੇ 'ਚ 6-700 ਬੰਦਾ ਸੜਕਾਂ ਤੇ ਪੁਲਾਂ ਥੱਲੇ ਗੁਰੂ ਘਰ ਮੰਦਰਾਂ ਦੇ ਬਾਹਰ ਪਿਆ ਅਸੀਂ ਉਹਨਾਂ ਨੂੰ ਨਹੀਂ ਚੱਕਦੇ ਤਾਨੂੰ ਬਹੁਤ ਸਾਰੀਆਂ ਵੀਡੀਓ ਰੋਜ਼ ਹਰ ਰੋਜ਼ ਕਰੀਬ 100 ਕੇਸ ਆਉਂਦਾ ਸਾਡੇ ਕੋਲੇ ਲੋਕ ਸਾਡੇ ਨਾਲ ਗੁੱਸਾ ਵੀ ਕਰਦੇ ਤੁਸੀਂ ਆਉਂਦੇ ਨਹੀਂ ਅਸੀਂ ਕ੍ਰਿਟੀਕਲ ਕੇਸ ਚੱਕਦੇ ਹਾਂ ਵੀ ਜਿਹੜਾ ਪਤਾ ਵੀ ਇਹਦਾ ਹੱਲ ਨਹੀਂ ਹੁਣ ਮਤਲਬ ਜਿਹੜਾ ਕੋਈ ਬਿਮਾਰ ਹੋਵੇ ਗਮਾਨਸਿਕ ਤੌਰ ਤੇ ਬਿਮਾਰ ਆ ਕੋਈ ਦਿੱਕਤ ਚ ਹੈ ਦਿੱਕਤ ਜਾਂ ਕੋਈ ਸੜਕ ਤੇ ਪਿਆ ਉਹਦੇ ਸੱਟ ਲੱਗ ਗਈ ਉਹਨੂੰ ਦੇਖੋ ਇੱਕ ਬੰਦਾ ਮੰਨ ਲਓ ਜੂਪੀ ਤੋਂ ਅਸਾਮ ਤੋਂ ਜਾਂ ਕਿਤੇ ਪੰਜਾਬ ਦਾ ਹੀ ਹੈ ਪਟਿਆਲੇ ਦਾ ਬੰਦਾ ਅੰਮ੍ਰਿਤਸਰ ਸਾਹਿਬ ਜਾ ਕੇ ਬਹਿ ਗਿਆ ਉੱਥੇ ਸੜਕ ਤੇ ਬੈਠਾ 20 ਸਾਲ ਹੋ ਗਏ ਉਹ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਪਾਣੀ ਛਕਦਾ ਉੱਥੇ ਰਹੀ ਜਾਂਦਾ ਸਿੱਧਾ ਵਾ ਮੈਂਟਲੀ ਉਹ ਸਿੱਧਾ ਉਹਨੇ ਧਿਆਨ ਨਹੀਂ ਦਿੱਤਾ ਪੱਟੀ ਕਰਾਈ ਨਹੀਂ ਜ਼ਖਮ ਤੇ ਮੱਖੀਆਂ ਬੈਠ ਗਈਆਂ ਕੀੜੇ ਪੈ ਕੇ ਗਲ ਗਿਆ ਹੁਣ ਉਦਾਂ ਦੇ ਬੰਦੇ ਦੀ ਸਾਨੂੰ ਕਿਸੇ ਨੇ ਫੋਟੋ ਵੀਡੀਓ ਭੇਜਦੇ ਸੀ ਉਦਾਂ ਦੇ ਬੰਦੇ ਨੂੰ ਚੱਕ ਕੇ ਲਿਆਉਂਦੇ ਆ ਕੋਈ ਬੰਦਾ ਬਲਾਈਂਡ ਹੋ ਗਿਆ ਹੁਣ ਅੱਜ ਤੱਕਰ 5000 ਤੋਂ ਵੱਧ ਮੈਂਬਰ ਆਪ ਆਪਣੇ ਘਰਾਂ ਨੂੰ ਜਾ ਚੁੱਕੇ ਠੀਕ ਹੋ ਕੇ ਉਹਦੇ ਪਿੱਛੇ ਕਾਰਨ ਕੀ ਇੱਕ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਦੇ ਰਾਹੀਂ ਸੇਵਾ ਸ਼ੁਰੂ ਹੋਈ ਸੀ ਅੱਜ ਸਾਡੇ ਕੋਲ 700 ਮੈਂਬਰ ਆ 5 5000 ਤੋਂ ਵੱਧ ਮੈਂਬਰ ਕੇਰਲਾ ਕਰਨਾਟਕਾ ਤਰਵਿੰਦਰਮ ਤਾਮਿਲਨਾਡੂ ਅਸਾਮ ਜੂਪੀ ਬਿਹਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਘਰੇ ਲੱਭ ਕੇ ਉਹਨਾਂ ਦਾ ਘਰ ਛੱਡ ਕੇ ਆਉਨੇ ਆ ਕਿਸੇ ਦਾ ਪੁੱਤ ਗੁੰਮ ਗਿਆ ਇੱਕ ਬਾਪੂ ਸੀ 50 ਸਾਲਾਂ ਬਾਅਦ ਘਰੇ ਗਿਆ ਉਹਨੂੰ ਲੈਣ ਉਹਦਾ ਉਹਦਾ ਭਰਾ ਆ ਉਹਦੇ ਭਰਾ ਦਾ ਬੇਟਾ ਆ ਉਹਦੇ ਭਰਾ ਦੇ ਬੇਟੇ ਦਾ ਬੇਟਾ ਆ ਤੇ ਉਹਦੀ ਵੀ ਗੱਲ ਨੂੰ ਆਈ ਕਾਰਨ ਕੀ ਸੀ ਉਹ 50 ਸਾਲ ਪਹਿਲਾਂ ਜਦੋਂ 13 ਸਾਲ ਦੀ ਉਮਰ ਸੀ ਉਹਨੇ ਘਰ ਛੱਡ ਤਾ ਗੁੱਸੇ ਹੋ ਕੇ ਆ ਗਿਆ ਘਰੋਂ ਟਾਬਿਆਂ ਤੇ ਜਾ ਕੇ ਕੰਮ ਕਰਦਾ ਰਿਹਾ ساری ਜਿੰਦਗੀ ਉਹਨੇ ਟਾਬਿਆਂ ਤੇ ਕੱਢਤੀ ਰਾਜਸਥਾਨ ਇੱਧਰ ਉੱਧਰ ਲੁਧਿਆਣਾ ਸਟੇਸ਼ਨ ਤੇ ਪਿਆ ਉਹਨੂੰ ਦਰੰਗ ਹੋ ਗਿਆ ਉਹ ਏਦਾਂ ਗੋਲ ਗੋਲ ਘੁੰਮੀ ਜਾਵੇ ਲੱਤ ਨਾਲ ਟੀਟੀ ਨੇ ਸਾਨੂੰ ਵੀਡੀਓ ਬਣਾ ਕੇ ਉਹ ਰੀ ਭੇਜਤੀ 2017 ਦੀ ਗੱਲ ਹੈ ਅਸੀਂ ਉੱਥੋਂ ਚੱਕਿਆ ਉਹਦੀ ਵੀਡੀਓ ਬਣਾਈ ਇਹ ਵੀਡੀਓ ਸਾਰੀਆਂ ਸੰਭਾਲ ਕੇ ਰੱਖਦੇ ਹਾਂ ਹਾਂ ਸਾਰਾ ਕੁਝ ਹਾਂਜੀ ਹਾਂਜੀ ਬਿਲਕੁਲ ਉਹ ਬੰਦਾ ਜੀ ਦੱਸ ਰਿਹਾ ਵੀ ਮੈਂ ਉਹਨੇ ਨਾਮ ਦੱਸਿਆ ਮੈਨੂੰ ਨਾਮ ਨਹੀਂ ਉਹਨੂੰ ਤਾਂ ਯਾਦ ਆ ਰਿਹਾ ਵੀ ਮੈਂ ਸੈਣੀ ਆ ਵੀ ਮੇਰੇ ਪਿੰਡ ਫਲਾਨਾ ਮੱਘਰ ਸਿੰਘ ਸਰਪੰਚ ਸੀਗਾ ਉਹ ਸਰਪੰਚ ਆ ਬਿਨਾ ਪਿੰਡ ਆ ਸੀ ਉਹ ਪਿੰਡ ਜਿਹਦੇ ਅੱਜ ਕੱਲ ਤਾਂ 2 ਮਿੰਟਾਂ ਚ ਲਿੰਕ ਬਣ ਜਾਂਦਾ ਕਮੈਂਟਾਂ 'ਚ ਹੀ ਦੱਸ ਦਿੰਦਾ ਮੇਰਾ ਪਿੰਡ ਆ ਬੰਦੇ ਨਾਲ ਗੱਲ ਹੋ ਗਈ ਉਹ ਕਹਿੰਦਾ ਸਾਡੇ ਪਿੰਡ ਦਾ ਇਹ ਬੰਦਾ ਨਹੀਂ ਹੈਗਾ ਤੇ ਜਦੋਂ ਉਹਨੇ ਪੁੱਛਿਆ ਵੀ ਪਿੰਡ ਦੇ ਸਰਪੰਚ ਦਾ ਨਾਮ ਕੀ ਹੈ ਉਹਨੇ ਜੋ ਦੱਸਿਆ ਵੀ ਮੇਰੇ ਪਿੰਡ ਦੇ ਸਰਪੰਚ ਦਾ ਨਾਮ 베ਰ ਦਾ ਮੱਗਰ ਸਿੰਘ ਉਹ ਯਾਰ ਮੱਗਰ ਸਿੰਘ ਤਾਂ 40-50 ਸਾਲ ਪਹਿਲਾਂ ਸੀ ਸਾਡੇ ਪਿੰਡ ਦਾ ਸਰਪੰਚ ਅੱਛਾ ਉਹਨਾਂ ਨੇ ਉਸ ਪੁਆਇੰਟ ਆਫ 视图 ਨਾਲ ਸੋਚਿਆ ਫਿਰ ਉਹ ਸਿਆਣੀਆਂ ਦੇ ਪਰਿਵਾਰ ਸੀ ਉਸ ਪਿੰਡ 'ਚ ਉੱਥੇ ਗਏ ਫਿਰ ਉਹਨਾਂ ਨੇ ਦੱਸਿਆ ਵੀ ਸਾਡਾ ਇੱਕ ਵੀ ਮੇਰੇ ਭਰਾ ਸੀਗਾ ਵੀ ਉਹ ਤਾਂ ਬਚਪਨ ਤੇ ਚਲਾ ਗਿਆ ਸੀ ਮਤਲਬ ਸੋਜੀ ਉਸ ਜਿਹੜਾ 50 60 ਸਾਲ ਦਾ ਸ਼ਖਸ ਸੀਗਾ ਉਹਦੀ ਉਹ 13 ਸਾਲ ਵਾਲੀ ਸੋਜੀ 13 ਵਾ ਕਿਉਂਕਿ ਉਦੋਂ ਉਹ ਨੇ ਪਿੰਡ ਛੱਡਤਾ ਸੀਗਾ ਤੇ ਉਦੋਂ ਬਾਅਦ ਉਹ ਪਿੰਡ ਹੀ ਨਹੀਂ ਗਿਆ ਕਦੇ ਤਾਂ ਫਿਰ ਉਹਦਾ ਘਰ ਲੱਭਿਆ ਉਹਨੂੰ ਉਹਦੀ ਫੈਮਿਲੀ ਆ ਕੇ ਲੈ ਕੇ ਗਈ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦੇ ਨੇ ਹੁਣ ਸਾਡੇ ਕੋਲੇ ਇੱਕ ਤਾਮਲ ਲੱਡੂ ਤੇ ਇੱਕ ਨਾ ਸਾਡੇ ਬਹੁਤ ਚੰਗੇ ਚੰਗੇ ਜ਼ਿਮੀਂਦਾਰਾਂ ਦੇ ਬਾਰਡਰ ਏਰੀਏ 'ਚ ਪਾਕਿਸਤਾਨ ਦੇ ਬਾਰਡਰ ਦੇ ਨਾਲ ਜਿਹੜਾ ਇਲਾਕਾ ਪੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇੱਧਰ ਅੱਗੇ ਫਿਰੋਜ਼ਪੁਰ ਵੱਲ ਨੂੰ ਵੀ ਚਲੇ ਜਾਈਏ ਲੋਕਾਂ ਨੇ ਘਰਾਂ 'ਚ ਮੰਦਬੁੱਧੀ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਉਹ ਉਹਨਾਂ ਤੋਂ ਕੰਮ ਕਰਾਉਂਦੇ ਆ ਗੋਹਾ ਚਕਾਉਂਦੇ ਆ ਉਹ ਸਿੱਧਰੇ ਬੰਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਸੋਝੀ ਨਹੀਂ ਉਹਨਾਂ ਦਾ ਮੁੱਲ ਵੀ ਇਸੇ ਤਰੀਕੇ ਨਾਲ ਤੈਹ ਹੁੰਦਾ ਸਟੇਸ਼ਨ ਤੇ ਲੁਧਿਆਣਾ ਸਟੇਸ਼ਨ ਤੇ ਜਲੰਧਰ ਸਟੇਸ਼ਨ ਬਰਦੇਸ਼ ਸਟੇਸ਼ਨਾਂ ਤੇ ਉਹ ਬੰਦਿਆਂ ਨੂੰ ਦਲਾਲ ਬੈਠੇ ਨੇ ਉਹ ਉਹ ਦੇਖਦੇ ਆ ਵੀ ਟ੍ਰੇਨ 'ਚੋਂ ਬੰਦਾ ਉਤਰਿਆ ਸਿੱਧਾ ਸਾਦਾ ਉਹਨੂੰ ਪਤਾ ਨਹੀਂ ਲੱਗ ਰਿਹਾ ਦੋ ਦਿਨ ਹੋ ਗਏ ਉਹ ਸਟੇਸ਼ਨ ਤੇ ਆ ਕੇ ਬੈਠ ਗਿਆ ਉਹ ਉਹਦੇ ਨਾਲ ਆੜੀ ਪਾ ਲੈਂਦੇ ਆ ਰੋਟੀ ਪਾਣੀ ਖਵਾਉਂਦੇ ਆ ਉਹਨੂੰ ਪੁੱਛਦੇ ਆ ਤੇਰੇ ਪਿੰਡ ਦਾ ਕੀ ਨਾਂ ਉਹ ਦੱਸ ਨਹੀਂ ਪਾਉਂਦਾ ਪਰ ਉਹਦੀ ਕੀਮਤ ਐ ਹੋ ਜਾਂਦੀ ਆ ਵੀ ਇਹ ਬੰਦਾ ਆਪਦਾ ਡਰੈਸ ਵੀ ਨਹੀਂ ਦੱਸਦਾ ਸ੍ਰੀਕ ਤੌਰ ਤੇ ਹਟਾ ਕੱਟਾ ਵਾ 5000 ਦਾ ਵੇਚਦਾ 10000 ਦਾ ਵੇਚਦਾ ਫਿਰ ਗਾਂ ਉਹ ਜ਼ਿਮੀਂਦਾਰ ਆਪ ਦੇ ਘਰ ਲੈ ਜਾਂਦੇ ਲੈ ਜਾਂਦੇ ਆ 40 40 50 50 ਸਾਲ ਕੰਮ ਕਰਾਈ ਜਾਂਦੇ ਆ ਇੱਕ ਸਾਡੇ ਕੋਲੇ ਇੱਕ ਬਾਪੂ ਵਸ ਗਪਾਲ ਸਿੰਘ ਜੀ ਸਰਪੰਚ ਕਹਿੰਨੇ ਸੀ ਉਹਨੂੰ ਆਪਦੇ ਘਰ ਦਾ ਛੋਟਾ ਜਿਹਾ ਘਰ ਦਾ ਉਹਦਾ 4 ਫੁੱਟ ਦਾ ਉਹ ਬਾਪੂ ਮੋਗੇ ਜ਼ਿਲ੍ਹੇ ਦੇ ਵਿੱਚ ਬਾਕਰਵਾਲ ਪਿੰਡ 'ਚ ਮੁਖਤਿਆਰ ਸਿੰਘ ਚੱਕੀ ਵਾਲੇ ਨਾਂ ਦੇ ਬੰਦੇ ਦੇ ਘਰੇ ਕੰਮ ਕਰਦਾ ਗੋਹਾ ਚੱਕਦਾ ਅੰਡੀਆਂ ਗੰਡੀਆਂ ਨੇ ਸਾਨੂੰ ਕਿਸੇ ਨੇ ਦੱਸਿਆ ਵੀ ਉਹਦੀ ਬਹੁਤ ਦੁਰਦਸ਼ਕ ਕੁੱਟਦੇ ਆ ਉਹਨੂੰ ਤੂੜੀ ਤੇ ਸੌਂਦਾ ਅਸੀਂ ਜਾ ਕੇ 2018 ਚ ਲੈਣ ਜਾਂਦੇ ਆ ਬੜੀ ਜਿੱਦੋ ਜਹਿਦ ਹੁੰਦੀ ਆ ਉਹਨਾਂ ਨਾਲ ਲੜਾਈ ਹੁੰਦੀ ਆ ਉਹਨਾਂ ਨੇ ਸਾਨੂੰ ਗਾਲ ਪੈਂਦੇ ਆ ਉਹਦੀ ਵੀਡੀਓ ਬਣਾਉਨੇ ਆ ਅਸੀਂ ਉਹ ਰੇੜਾ ਰੋੜ ਕੇ ਲੈ ਕੇ ਆਉਂਦਾ ਉਹਦੇ ਪੈਰਾਂ ਦੇ ਉਂਗਲਾਂ ਟੁੱਟੀਆਂ ਹੋਈਆਂ ਹੱਥਾਂ ਦੀਆਂ ਉਂਗਲਾਂ ਵੀ ਬਿੰਗੀਆਂ ਹੋਈਆਂ ਸਿਰ ਤੇ ਕਿੰਨੇ ਟੱਕ ਸੱਟਾਂ ਦੇ ਅਸੀਂ ਉੱਥੋਂ ਲੈ ਆਉਂਦੇ ਜਿੱਦੋ ਜਹਿਦ ਕਰਕੇ ਛਡਵਾ ਕੇ ਉਹਨੂੰ ਉਹ ਬਾਪੂ ਦੱਸਦਾ ਵੀ ਮੈਂ ਅੰਦੌਰ ਦਾ ਰਹਿਣ ਵਾਲਾ ਮੈਂ ਉੱਥੇ ਬੈਸ਼ਾਲੀ ਨਗਰ ਦਾ ਰਹਿਣ ਵਾਲਾ 1/2 ਨੰਬਰ ਮਕਾਨ ਆ ਗਲੀ ਨੰਬਰ 3 ਸਾਰਾ ਉਹਨੂੰ ਐਡਰੈਸ ਯਾਦ ਆ ਤੇ ਉਹ ਬੰਦੇ ਨੂੰ ਉਹਨੇ ਘਰੋਂ ਹੀ ਨਿਕਲਣ ਦਿੱਤਾ ਕਦੇ ਜਦੋਂ ਇੱਕ ਦੋ ਵਾਰੀ ਭੱਜਿਆ ਤਾਂ ਉਹਨੂੰ ਇੰਨਾ ਜ਼ਿਆਦਾ ਕੁੱਟਿਆ ਉਹ ਭੱਜਣ ਦੇ ਨਾਂ ਤੋਂ ਡਰ ਜਾਂਦਾ ਸੀ ਉਹ ਕੀ ਕਰਦੇ ਜਦੋਂ ਇਦਾਂ ਦਾ ਬੰਦਾ ਲੈ ਕੇ ਜਾਂਦੇ ਪਹਿਲਾਂ ਉਹਨੂੰ ਆਪ ਹੀ ਭਜਾ ਦਿੰਦੇ ਆ ਉਹਨਾਂ ਦਾ ਇੱਕ ਮੁੰਡੇ ਨੇ ਕਹਿਤਾ ਤੂੰ ਭੱਜਾ ਦੂਜੇ ਨੇ ਜਾ ਕੇ ਫੜ ਲੈਣਾ ਉਹਨੂੰ ਇੰਨਾ ਜ਼ਿਆਦਾ ਕੁੱਟਣਾ ਤਿੰਨ ਚਾਰ ਵਾਰੀ ਭਜਾਉਣਾ ਤਿੰਨ ਚਾਰ ਵਾਰੀ ਫੜ ਲੈਣਾ ਉਹ ਬੰਦਾ ਡਰ ਇੰਨਾ ਡਰ ਜਾਂਦਾ ਭੱਜਦਾ ਨਹੀਂ ਮੁੜ ਕੇ ਤਾਂ 42 ਸਾਲ ਬਾਅਦ ਉਹ ਬਾਪੂ ਦਾ ਘਰ ਲੱਭਿਆ ਅੰਦਰ ਤੋਂ ਸਾਡੀ ਉਹਨਾਂ ਨਾਲ ਗੱਲ ਹੋਈ ਉਹਦੀ ਭੈਣ ਪਹਿਲਾਂ ਤਾਂ ਉਹਦੇ ਘਰੇ ਪੁਲਿਸ ਜਦੋਂ ਗਈ ਮੰਨਣੀ ਨਾ ਵੀ ਸਾਡਾ ਹੈ ਨਹੀਂਗਾ ਫਿਰ ਉਹਦੇ ਭਤੀਜੇ ਨੇ ਤਾਂ ਕਹਿਤਾ ਵੀ ਸਾਡਾ ਨਹੀਂ ਹੈਗਾ ਭਰਾ ਨੇ ਜਵਾਬ ਦਿੱਤਾ ਵੀ ਮੈਂ ਕੋਈ ਗੱਲ ਨਹੀਂ ਕਰਨੀ ਉਹਦੀ ਭੈਣ ਦਾ ਨੰਬਰ ਮਿਲ ਜਾਂਦਾ ਉਹਦੀ ਭੈਣ ਨਾਲ ਸਾਡੀ ਗੱਲ ਹੋਈ ਉਹ ਕਹਿੰਦੀ ਵੀਰੇ ਵੀ ਅਸੀਂ ਚਾਰ ਭੈਣ ਭਰਾ ਸੀ ਦੋ ਮੇਰੇ ਭਰਾ ਸੀ ਇੱਕ ਕਲੌਸਕਰ ਕੰਪਨੀ 'ਚ ਜੌਬ ਕਰਦਾ ਸੀ ਵੱਡਾ ਅਫਸਰ ਸੀ ਕੋਈ ਇੱਕ ਰੇਲਵੇ ਦੇ ਵਿੱਚ ਸੀ ਮੈਂ ਵਿਆਹੀ ਹੋਈ ਹਾਂ ਅੰਦਰ ਜੀ ਬੀ ਇਹ ਸਾਡਾ ਛੋਟਾ ਸੀ ਜਿਹੜਾ ਇਹ ਸਿੱਧਾ ਸੀ ਥੋੜਾ ਇਹ ਭੋਲਾ ਸੀ ਇਹ ਜਿਵੇਂ ਅਸੀਂ ਮੰਦਿਰ ਜਾਣਾ ਦਾਨ ਕਰਨ ਇਹਨੇ ਉੱਥੇ ਲਾਈਨ 'ਚ ਬੈਠ ਕੇ ਖਾਣ ਲੱਗ ਗਿਆਣਾ ਮੰਗਣ ਲੱਗ ਗਿਆਣਾ ਬੀ ਸਾਡੇ ਘਰ ਦੇ ਚੰਗਾ ਨਹੀਂ ਸਮਝਦੇ ਮੇਰੀ ਭਰਾ ਪਰਜਾਈ ਬੇਇੱਜ਼ਤੀ ਮਨਦੇ ਸੀ ਬੀ ਮੇਰੇ ਬਾਪ ਨੇ ਮਰਨ ਤੋਂ ਪਹਿਲਾਂ ਆਪਣੀ ਵਸੀਅਤ 'ਚ ਲਿਖਤਾ ਸੀ ਬੀ ਉਹ ਪੰਜਾਬ ਹੁੰਦਾ ਜਾਂਦਾ ਸੀ ਵਪਾਰੀ ਸੀ ਉਹਨੇ ਕਿਤੇ ਪੰਜਾਬ ਜਲੰਧਰ ਜਿਤੇਮ ਖਾਨੇ ਆ ਕੇ ਵਿਜ਼ਿਟ ਕੀਤਾ ਬੀ ਵਸੀਅਤ ਦੇ ਉੱਤੇ ਲੱਗਿਆ ਹੋਇਆ ਬਿਸਟਿੰਗ ਕਾਰਡ ਜਿਤੇਮ ਖਾਨੇ ਦਾ ਇਹ ਥੱਲੇ ਲਿਖਿਆ ਹੋਇਆ ਵੀ ਮੇਰੇ ਮਰਨ ਤੋਂ ਬਾਅਦ ਵੱਡੇ ਪੁੱਤ ਨੂੰ ਹੁਕਮ ਆ ਵੀ ਇਹਨੂੰ ਇੱਥੇ ਸਬੰਧਤ ਡਰੈੱਸ ਦੇ ਉੱਤੇ ਜਮ੍ਹਾਂ ਕਰਾਇਆ ਜਾਵੇ ਜਾ ਕੇ ਜਲੰਧਰ ਜਿਤੇਮਖਾਨੇ 'ਚ 5000 ਰੁਪਏ ਨਾਲ ਜਮ੍ਹਾਂ ਕਰਾ ਕੇ ਆਉਂਦੇ ਹੁਣ ਤੁਸੀਂ ਦੇਖੋ 1972 ਪੁੱਤਰ ਦੇ ਵਿੱਚ 5000 ਦੀ ਕੀ ਵੈਲਿਊ ਰਹੀ ਹੋ ਤੇ ਕਿੱਡੇ ਘਰ ਦਾ ਬੰਦਾ ਸੀ ਉਹ ਉਹ ਜਿਤੇਮਖਾਨੇ 'ਚ ਜਮ੍ਹਾਂ ਕਰਾ ਕੇ ਆ ਕੇ ਉਹਨੂੰ ਉਹਦਾ ਭਰਾ ਮਰਨ ਤੋਂ ਬਾਅਦ ਪਿਆਉ ਦੇ ਜਿਤੇਮਖਾਨੇ 'ਚੋਂ 1.5 ਸਾਲ ਰਹਿੰਦਾ ਬੰਦਾ 1.5 ਸਾਲ ਬਾਅਦ ਜਿਤੇਮਖਾਨੇ 'ਚੋਂ ਨਿਕਲ ਜਾਂਦਾ ਕੜ ਦਤਾ ਇਹਨਾਂ ਰੱਬ ਹੀ ਜਾਣਦਾ ਉਹ ਦਰਬਾਰ ਸਾਹਿਬ ਜਾ ਪਹੁੰਚਦਾ ਇਹ ਸਟੋਰੀ ਕਨਫਰਮ ਕੀਤੀ ਉਹ ਮਾਲਕ ਨੇ ਜਿਹਦੇ ਘਰੋਂ ਅਸੀਂ ਛਡਾਇਆ ਉਹ ਕਹਿੰਦਾ ਮੈਨੂੰ ਇਹ ਦਰਬਾਰ ਸਾਹਿਬ ਤੋਂ ਮਿਲਿਆ ਸੀ ਕਹਿੰਦਾ ਮੈਂ ਆਪਣੀ ਵਾਈਫ ਨੇ ਮੱਥਾ ਟੇਕਣ ਗਿਆ ਕਿੰਨਾ ਮੇਰੇ ਮਗਰ ਮਗਰ ਤੁਰ ਪਿਆ ਇਹਨੂੰ ਚਾਹ ਪਿਆਤੀ ਮੈਂ ਇੱਕ ਦਿਨ ਮੇਰੇ ਨਾਲ ਆ ਗਿਆ ਮੈਂ ਇਹਨੂੰ ਪਿੰਡ ਲੈ ਆਇਆ ਪਿੰਡ ਆ ਕੇ ਅਸੀਂ ਖੇਤੀ ਕਰਦੇ ਸੀ ਇਹਨੂੰ ਮੈਂ ਨਾਲ ਕੰਮ ਤੇ ਲਾ ਲਿਆ ਫਿਰ ਮੈਂ ਚੱਕੀ ਲਾ ਲਈ ਉਹ ਬੰਦਾ ਚੱਕੀ ਚਲਾਉਂਦਾ ਸੀ ਫੁੱਲ ਫਲੈਜ ਸਾਰਾ ਪਿੰਡ ਦਾ ਆਟਾ ਉਹ ਪੀਂਦਾ ਸੀ ਬੰਦਾ 4 ਫੁੱਟ ਦਾ ਬੰਦਾ ਗਪਾਲ ਸਿੰਘ ਤੁਸੀਂ ਉਹਦੀਆਂ ਤਸਵੀਰਾਂ ਦੇਖੋਗੇ ਹੈਰਾਨ ਰਹਿ ਜਾਓਗੇ ਵੀ ਉਹ ਇੰਨੀ ਤੂੜੀ ਦੇ ਉੱਤੇ ਸੌਂਦਾ ਇੰਨੀ ਦੁਰਦਸ਼ਾ ਉਹਦੇ ਪੈਰਾਂ ਦੀਆਂ ਉਂਗਲਾਂ ਟੁੱਟ ਕੇ ਘੁੰਮ ਕੇ ਪਿੱਛੇ ਨੂੰ ਗਈਆਂ ਹੋਈਆਂ ਕਿਉਂਕਿ ਉਹ ਜਿਹੜਾ ਰੇੜਾ ਰੋੜਦਾ ਇਹ ਜਿਹੜਾ ਪੱਠੇ ਤੇ ਹੁੰਦਾ ਜਿਹੜਾ ਇੱਟਾਂ ਵਾਲਾ ਜਿਵੇਂ ਉਹਦੇ ਜਿਹੜੇ ਲੱਤ ਹੁੰਦੇ ਉਹ ਉਹਦੇ ਬਾਰ-ਬਾਰ ਪੈਰ 'ਚ ਵੱਜਦੀ ਤਾਂ ਉਹਦੀਆਂ ਪੈਰ ਦੀਆਂ ਉਂਗਲਾਂ ਘੁੰਮ ਕੇ ਪਿੱਛੇ ਨੂੰ ਚਲੇ ਗਈਆਂ ਤੇ ਉਹ ਬੰਦੇ ਦਾ ਫਿਰ ਪਰਿਵਾਰ ਲੱਭਿਆ ਉਹਦੀ ਭੈਣ ਸਾਨੂੰ ਦੋ ਵਾਰੀ ਆ ਕੇ ਮਿਲ ਕੇ ਗਈ ਇੱਥੇ ਉਹ ਹੋਟਲ 'ਚ ਰਹਿੰਦੇ ਆ ਕਿ ਫਾਈਵ ਸਟਾਰਚ ਦਿਨੇ ਆ ਕੇ ਮਿਲ ਜਾਂਦੇ ਔਰ ਰਾਤ ਨੂੰ ਹੋਟਲ 'ਚ ਰਹਿ ਕੇ ਮੁੜ ਜਾਂਦੇ ਕਹਿੰਦੇ ਅਸੀਂ ਲੈ ਕੇ ਨਹੀਂ ਜਾਣਾ ਸਾਡੇ ਪਿਓ ਦਾ ਬਚਨ ਹੈ ਉਹ ਬਾਪੂ ਅੱਜ ਵੀ ਸਾਡੇ ਘਰ ਰਹਿੰਦਾ ਅੱਜ ਉਹਦਾ ਜਨਮ ਦਿ ਬਾ ਪੂਰਾ ਸੁਪਨੇ ਦੇ ਘਰ ਜਾ ਕੇ ਕੇ ਕੱਟਣਾ ਸ਼ਾਮ ਨੂੰ ਪਰ ਜਾਨੀ ਕਿ ਇਸ ਤਰ੍ਹਾਂ ਦੇ ਲੋਕ ਨੇ ਫਿਰ ਸਾਡੇ ਕੋਲੇ ਇੱਕ ਬਾਪੂ ਆ ਉਹਦਾ ਨਾਮ ਰਮੇਸ਼ ਚੰਦ ਸ਼ਰਮਾ ਉਹ ਊਨੇ ਦਾ ਰਹਿਣ ਵਾਲਾ ਉਹ ਆਪਣੇ ਘਰੋਂ 13 ਸਾਲ ਦੀ ਉਮਰ 'ਚ ਗੁੱਸੇ ਹੋ ਕੇ ਘਰੋਂ ਭੱਜ ਆਇਆ ਉਹ ਕਾਲੀਆਂ ਸਕੱਤਰਾ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਕਿਸੇ ਜ਼ਿਮੀਂਦਾਰ ਦੇ ਧੱਕੇ ਚੜ੍ਹ ਜਾਂਦਾ ਉਹ ਉਹ ਤੋਂ ਸਾਰੀ ਉਮਰ ਗੋਹਾ ਚ ਕੌਂਦਾ ਕੁੱਟ-ਕੁੱਟ ਕੇ ਉਹਦੀ ਬੁਰੀ ਹਾਲਤ ਕਰ ਦਿੰਦਾ ਤਾਂ 2020 ਦੇ ਵਿੱਚ ਅਸੀਂ ਉਹਨੂੰ ਉੱਥੋਂ ਛੁਡਾ ਕੇ ਲੈ ਕੇ ਆਉਂਦੇ ਆਂ ਉਹਦਾ ਵੀਡੀਓ ਪਾਉਣੇ ਉਹਦਾ ਘਰ ਲੱਭ ਜਾਂਦਾ ਜਦੋਂ ਅਸੀਂ ਉਹਦੇ ਘਰ ਲੈ ਕੇ ਜਾਂਦੇ ਆ ਉਹਦੇ ਘਰੇ ਕੋਈ ਨਹੀਂ ਉਹਦੀ ਮਾਂ ਵੀ ਮਰ ਗਈ ਪਿੰਡ ਵਾਲੇ ਦੱਸਦੇ ਵੀ ਉਹਦੀ ਮਾਂ ਨੇ ਸੁੱਖਿਆ ਸੀ ਜਿੱਦਣ ਮੇਰਾ ਪੁੱਤ ਲੱਭੂ ਮੈਂ ਜਗਰਾਤਾ ਕਰੂੰ ਸਾਰੇ ਪਿੰਡ ਨੂੰ ਪਹੁੰਚ ਕਰਾਉਂਗੀ ਪਰ ਇਹਨੂੰ ਡੀਕ ਦੀ ਉਹ ਮਰ ਗਈ ਉਹ ਪਿਓ ਵੀ ਮਰ ਗਿਆ ਭਰਾ ਪਿੰਡ ਛੱਡ ਕੇ ਕਿਤੇ ਚਲੇ ਗਿਆ ਕਿਸੇ ਨੂੰ ਨਹੀਂ ਪਤਾ ਕਿੱਥੇ ਆ ਉਹਦੇ ਜਿਹੜੇ ਭਤੀਜੇ ਆ ਉਹ ਉਸ ਇਲਾਕੇ ਦੇ ਵਿੱਚ ਐਮਐਲਏ ਆ ਅਗਨੀ ਹੋਤਰੀ ਆ ਅੱਛਾ ਕੋਈ ਇਦਾਂ ਕਰਕੇ ਮਤਲਬ ਉੱਥੇ ਉਹ 5 ਦਿਨ ਰਹਿੰਦਾ ਉਹ 5 ਦਿਨਾਂ ਬਾਅਦ ਉਹ ਕਹਿੰਦੇ ਵੀ ਅਸੀਂ ਸਮਝ ਨਹੀਂ ਸਕਦੇ ਉਹ ਸਾਡੇ ਕੋਲੇ ਬਾਪੂ ਉਹ ਅਜਿਹੇ ਹਾਲਾਤ ਨੇ ਜਮਾਤੂ ਇੱਕ ਸਾਡੇ ਕੋਲੇ ਵੀਰ ਸਰਪੰਚ 40 ਸਾਲ ਪਿੰਡ ਦਾ ਸਰਪੰਚ ਰਿਹਾ ਏਡੀ ਜ਼ਮੀਨ ਜਦ ਐਡੀ ਕੋਠੀ ਪਾਈ ਹੋਈ ਉਹਦੇ ਘਰੇ ਉਹ ਬੰਦਾ ਰੱਖਿਆ ਉਹਦਾ ਜਿਹੜਾ ਜਵਾਈ ਸੀ ਉਹ ਜੇਲ ਸਪਰਡੈਂਟ ਸੀ ਉਹਨੇ ਕਾਲੇ ਕੱਚਿਆਂ ਵਾਲੇ ਗਰੋਹ ਕੋਈ ਫੜਿਆ ਉਹਦੇ ਕੋਲੇ ਬੱਚਾ ਨਾਲ ਆ ਗਿਆ ਉਹ ਬੱਚਾ 10-11 ਸਾਲ ਦਾ ਉਹਨੇ ਆਪਣੇ ਸਹੁਰਿਆਂ ਨੂੰ ਗਿਫਟ ਕਰਤਾ ਵੀ ਉਹਨੂੰ ਜੇਲ ਕਿੱਥੇ ਭੇਜਾਂਗੇ ਤੁਸੀਂ ਰੱਖ ਲਓ ਉਹਨੇ ਤਾਂ ਉਸ ਸਟੈਂਪ ਲਾ ਕੀਤਾ ਪਰ ਜਾਂਦਾ ਉਹਨਾਂ ਨੂੰ ਮਿਲਾ ਦਿੰਦਾ ਵਾਪਸ ਜਦੋਂ ਕਿਤੇ ਛੁੱਟੇ ਹੋਣਗੇ ਉਹਨਾਂ ਨੂੰ ਉਹਨਾਂ ਦੇ ਬੱਚੇ ਨਹੀਂ ਮਿਲਿਆ ਉਹ ਬੱਚੇ ਨੂੰ ਉਹਨਾਂ ਨੇ ਗੋਹਾ ਚੱਕਣ ਲਾ ਲਿਆ ਘਰੇ ਉਹ ਸਾਰੀ ਉਮਰ ਉਹਨੇ ਗੋਹਾ ਚੱਕਦੇ ਨੇ ਕੱਢਦੀ ਤੂੜੀ ਵਾਲੇ ਕਮਰੇ 'ਚ ਪੈਂਦਾ ਸੀ ਉਹ ਜਿਹੜਾ ਸਪਰੇਅ ਵਾਲਾ ਲੀਟਰ ਹੁੰਦਾ ਉਹ ਵੱਡ ਕੇ ਦਿੱਤਾ ਹੋਇਆ ਉਹਦੇ 'ਚ ਚਾਰ ਰੋਟੀ ਉਹਨੂੰ ਮਿਲਦੀ ਸੀ ਜਾਨਵਰਾਂ ਵਰਗੇ ਹਲਾਤ ਸੀ ਉਹਦੇ ਵੀ ਅੱਜ ਵੀ ਉਹ ਬੰਦਾ ਸਾਡੇ ਕੋਲ ਉਹਨੂੰ ਪਤਾ ਹੀ ਨਹੀਂ ਮੈਂ ਕੌਣ ਆ ਐਦਾਂ ਹੀ ਬੱਚੇ ਆ ਮਨੋਜ ਇੱਕ ਬੱਚਾ ਸਾਡੇ ਕੋਲੇ ਉਹ ਵੀ 7-8 ਸਾਲ ਦਾ ਸੀ ਜਦੋਂ ਹੋ ਗੁੱਜਰਪਾਈ ਚਾਰੇ ਚ ਸਾਨੂੰ ਕਈ ਬੰਦੇ ਗੁੱਸਾ ਵੀ ਕਰਦੇ ਕਿ ਤੂੰ ਸਾਨੂੰ ਸਾਰਿਆਂ ਦਾ ਨਾਂ ਲੈਣ ਦੇਖੋ ਕੁਝ ਸਾਰੀ ਜਮਾਤ ਨਹੀਂ ਮਾੜੀ ਹੁੰਦੇ ਕੋਈ ਜਮਾਤੀ ਮਾੜੇ ਹੁੰਦੇ ਹਨ ਗੁੱਜਰਪਾਈ ਚਾਰੇ ਦੇ ਵਿੱਚ ਨਾ ਤੁਸੀਂ ਦੇਖਦੇ ਹੋ 100 100 200 ਮੱਜਾਂ ਰੱਖੀਆਂ ਹੁੰਦੀਆਂ ਖੇਤਾਂ 'ਚ ਹੀ ਬਾੜੇ ਬਣਾਏ ਹੋਏ ਉਹਨਾਂ ਦੇ ਅਕਸਰ ਤੁਸੀਂ ਉੱਥੇ ਦੇਖੋਗੇ ਇੱਕ ਮੰਦ ਬੁੱਧੀ ਬੰਦਾ ਕੰਮ ਕਰਦਾ ਮਿਲਦਾ ਹੁਣ ਤਾਂ ਬਹੁਤ ਅਵੇਰਨੈਸ ਆ ਗਈ ਆ ਹੁਣ ਤਾਂ ਪਿੰਡਾਂ ਦੇ ਸਰਪੰਚ ਹੀ ਫੜਾ ਦਿੰਦੇ ਸਾਨੂੰ ਲਿਆ ਕੇ ਬੰਦਾ ਛੱਡ ਜਾਂਦੇ ਸਾਡੇ ਕੋਲੇ ਛੜਾ ਲੈਂਦੇ ਆ ਲੜ ਵੀ ਪੈਂਦੇ ਲੋਕ ਔਰ ਹਰੇਕ ਬਾੜੇ ਚ ਇੱਕ ਇੱਕ ਦੋ ਦੋ ਤਿੰਨ ਤਿੰਨ ਬੰਦੇ ਇੱਕ ਸਾਡੇ ਪਿੰਡ ਹੀ ਜਦੋਂ ਅਸੀਂ ਪਿੰਡਾਂ ਕੇ ਸ਼ਿਫਟ ਹੋਏ ਨਾ 2018 ਚ ਸਾਡੇ ਗਵਾਂਢ ਹੀ ਬਾੜਾ ਸੀ ਉੱਥੇ ਦੋ ਬੰਦੇ ਕੰਮ ਕਰਦੇ ਸੀ ਅਸੀਂ ਗਏ ਉਹ ਬੰਦਾ ਤੰਗਵਿਲ ਦੱਸੇ ਨਾ ਆਪ ਦਾ ਭਾਸ਼ਾ ਉਹਦੀ ਉਧਰਲੀ ਤਾਮਿਲ ਦੀ ਉਹ ਉਹਨੂੰ ਜਾਂ ਅੰਗਰੇਜ਼ੀ ਬੋਲਦਾ ਸੀ ਜਾਂ ਉਹ ਤਾਮਿਲ ਬੋਲਦਾ ਸੀ ਸਾਨੂੰ ਉਹਦਾ ਘਰ ਲੱਭਣ ਨੂੰ ਵੀ ਮਹੀਨਾ ਲੱਗ ਗਿਆ ਅਸੀਂ ਉਹਦਾ ਘਰ ਲੱਭਿਆ 19 ਸਾਲਾਂ ਬਾਅਦ ਉਹ ਬੰਦਾ ਘਰੇ ਗਿਆ ਚੰਗੇ ਵਧੀਆ ਪਰਿਵਾਰ ਦਾ ਪੁੱਤ ਸੀ ਸਟੇਸ਼ਨ ਤੋਂ ਲੁਧਿਆਣੇ ਤੋਂ ਆਪਣੇ ਅੰਬਾਲਾ ਸਟੇਸ਼ਨ ਤੋਂ ਉਹ ਆਪਣੇ ਬਾਪ ਤੋਂ ਵਿਛੜ ਗਿਆ ਤਾਏ ਤੋਂ ਉਹਦਾ ਤਾਇਆ ਤਾਇਏ ਦੇ ਦੋ ਪੁੱਤ ਸੀ ਕੰਮ ਕਰਦੇ ਸੀ ਅੰਬਾਲੇ ਉਹ ਤਾਇਆ ਲੈ ਪਿੰਡੋਂ ਵੀ ਚਲ ਤੂੰ ਵੀ ਉੱਥੇ ਸ਼ਹਿਰ ਕੰਮ ਕਰਨ ਲੱਗ ਜਿਵੇਂ ਆਪਣੇ ਵਾਲੇ ਚਲੇ ਜਾਣੇ ਨਾਲ ਲੱਗ ਤੇ ਉਹ ਸਟੇਸ਼ਨ ਤੋਂ ਪਤਾ ਨਹੀਂ ਕਿੱਥੇ ਚਲਾ ਗਿਆ ਉਹ ਤਾਇਆ ਉਹਦਾ ਰੋਵੇ ਕਹਿੰਦਾ ਬਾਈ ਮੈਂ 19 ਸਾਲ ਇਸ ਮਿਹਣੇ ਨਾਲ ਜ਼ਿੰਦਗੀ ਬਤੀਤ ਕੀਤੀ ਆ ਵੀ ਮੇਰੀ ਪਰਜਾਈ ਮੇਰਾ ਭਰਾ ਮੈਨੂੰ ਕਹਿੰਦਾ ਵੀ ਤੂੰ ਮੇਰਾ ਪੁੱਤ ਜਾਣ ਕੇ ਸੱਟ ਇਕੱਲਾ ਇਕੱਲਾ ਹੀ ਪੁੱਤ ਸੀ ਵੀ ਤੂੰ ਜ਼ਮੀਨ ਜਾਇਦਾਦ ਲੈਣੀ ਸਾਡੀ ਉਂ ਲੈ ਲੈਂਦਾ ਵੀ ਤੂੰ ਸਾਡਾ ਪੁੱਤ ਕਿੱਥੇ ਸਿੱਟਿਆ ਤੇ ਉਹ ਪੁੱਤ 19 ਸਾਲ ਗੋਹਾ ਚੱਕਦਾ ਰਿਹਾ ਉਹਨਾਂ ਦੇ ਘਰ ਤੇ ਬਾਅਦ ਚ ਠੀਕ ਸੀਗਾ ਆਉਂਗਾ ਠੀਕ ਕਰੇਗਾ ਜੀ ਮਾਨਸਿਕ ਤੌਰ ਤੇ ਜੀ 19 ਸਾਲ ਤੋਂ ਬੰਦਾ ਗੋਹਾ ਚੱਕਦੇ ਦੀ ਮਾਨਸਿਕ ਤਾਕਤਾਂ ਦੀ ਰਹਿ ਗਈ ਹੋਊਗੀ ਚਲੋ ਮੈਂ ਥੋੜੇ ਹੋਰ ਸਵਾਲ ਲੈਣਾ ਆਪਾਂ ਆਖਰੀ ਫੇਸਵਾਲ ਪੁੱਛਾਂਗੇ ਸਾਡੇ ਸੇ ਹੋਗੀਆਂ ਰਣਵੀਰ ਅ ਇੱਕ ਤਾਂ ਬਹੁਤ ਤੁਸੀਂ ਸ਼ਲਾਘਾਜੋਗ ਕੰਮ ਕਰ ਰਹੇ ਹੋ ਬਹੁਤ ਵਧਾਈ ਦੇ ਪਾਤਰੋਂ ਤੁਹਾਡੇ ਹਿੱਸੇ ਆਈ ਹੈ ਇਹ ਮਾਨਵਤਾ ਦੀ ਸੇਵਾ ਆ ਸਵਾਲ ਇਹ ਹੈ ਕਿ ਬਹੁਤ ਸਾਰੇ ਜਿਹੜੇ ਘਰਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਕਈ ਵਾਰ ਕਿਸੇ ਕੋਲੇ ਆਪਣਾ ਪਰਿਵਾਰਿਕ ਮੈਂਬਰ ਵੀ ਸਾਂਭਣ ਲਈ ਨਹੀਂ ਹੁੰਦਾ ਹੈਗਾ ਕਿ ਅਸੀਂ ਕਿਵੇਂ ਸਾਂਭੀਏ ਬਹੁਤ ਸਾਰੇ ਲੋਕ ਤੁਹਾਡੇ ਤੱਕ ਅਪਰੋਚ ਵੀ ਕਰਦੇ ਹੋਣੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਸਾਂਭ ਵੀ ਨਹੀਂ ਸਕਦੇ